ਮੈਂ ਸਿਰਫ ਅਪੀਲ ਕੀਤੀ, ਮੇਰੇ ਲਈ ਬਹੁਤ ਵੱਡੀ ਗੱਲ ਹੈ, ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ। ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰੂ ਸਾਹਿਬ ਦਾ ਜਿਹੜਾ ਵਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਬਹੁਤ ਸਾਰੇ ਫੈਸਲੇ ਇਸ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ, ਜਿਵੇਂ ਕਿ ਬਿਜਲੀ, ਔਰ ਬਿਜਲੀ ਵੀ ਜ਼ਿਆਦਾਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ 'ਚ ਜਾਂ ਸੱਪਾਂ ਦੀਆਂ ਸਿਰੀਆਂ ਮਿੱਧਾ ਨਾ ਫਿਰੇ, ਅਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜ਼ਿਆਦਾ ਉਹਦੇ ਲਈ ਆਸਾਨੀ ਹੈ। ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ, ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ, ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ 'ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ। ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਂਦੇ ਹਾਂ। ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ, ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44, ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ, ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ, ਅਤੇ ਜਿਹੜੀ PR 126, PR 127, 128, 129, 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ, ਉਹ ਸਿਰਫ 92-93 ਦਿਨਾਂ 'ਚ ਪੱਕ ਜਾਂਦੀ ਹੈ। ਸੋ ਝਾੜ ਵੀ ਉਨਾ ਹੀ ਹੁੰਦਾ। ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਇੱਕ ਬਹੁਤ ਵੱਡਾ ਅਤੇ ਖੁਸ਼ੀ ਭਰਿਆ ਇੱਕ ਖੁਲਾਸਾ ਹੋਇਆ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ 'ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਘੱਟ ਬੀਜੀ, ਉਹਦੀ ਥਾਂ 'ਤੇ PR 126, 127 ਬੀਜੀ, ਜਿਹਦੇ ਨਾਲ 477 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਬਚ ਗਿਆ, ਉਹਦਾ ਖਰਚਾ ਘੱਟ ਗਿਆ, ਕਿਉਂਕਿ 60 ਦਿਨ ਘੱਟ ਗਏ। 60 ਦਿਨ ਦਾ ਮਤਲਬ ਟਿਊਬਵੈੱਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ, ਅਤੇ ਨਾਲ ਸਭ ਤੋਂ ਜਿਹੜੀ ਵਧੀਆ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਿਊਬਿਕ ਮੀਟਰ ਪਾਣੀ, ਯਾਨੀ ਕਿ ਜਿਹਨੂੰ ਕਹਿਣਾ ਹੋਵੇ ਪੰਜਾਬੀ 'ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ। ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰੂ ਸਾਹਿਬ ਦਾ ਜਿਹੜਾ ਵਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਮੈਂ ਸਿਰਫ ਅਪੀਲ ਕੀਤੀ, ਮੇਰੇ ਲਈ ਬਹੁਤ ਵੱਡੀ ਗੱਲ ਹੈ, ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ, ਅਤੇ ਝਾੜ ਵੀ ਉਨਾ ਹੀ ਨਿਕਲਿਆ ਅਤੇ ਪਾਣੀ ਵੀ ਬਚਿਆ, ਬਿਜਲੀ ਵੀ ਬਚੀ ਹੈ। ਸੋ ਮੈਨੂੰ ਧੰਨਵਾਦ ਕਰਦੇ ਹਾਂ, ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਮੇਰੀ ਸਲਾਹ 'ਤੇ ਕੰਮ ਕਰ ਰਹੇ ਹੋ। ਮੈਂ ਕੋਈ ਗਲਤ ਸਲਾਹ ਕਦੇ ਵੀ ਨਹੀਂ ਦਿਊਂਗਾ ਪੰਜਾਬ ਦੇ ਲੋਕਾਂ ਨੂੰ, ਮੈਂ ਮਾਹਰਾਂ ਨਾਲ ਗੱਲ ਕਰਕੇ ਜਿੱਥੇ ਵੀ ਪੰਜਾਬ ਦਾ ਕਿਸੇ ਕਿਸਮ ਦਾ ਫਾਇਦਾ ਹੁੰਦਾ ਹੋਵੇ ਮੈਂ ਉਹੀ ਸਲਾਹ ਦੇਊਂਗਾ। ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਅਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਉਹਦਾ ਬਚਾਅ ਹੋਊਗਾ। ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ PR 126, PR 127, 128, 129, 130 'ਚੋਂ ਬੀਜੋ, ਬਾਸਮਤੀ ਬੀਜੋ। ਇਸ ਵਾਰ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਔਰ ਭਾਅ ਵੀ ਬਹੁਤ
MSP ਤੋਂ ਕਿਤੇ ਜਾ ਵੱਧ ਕੇ ਮਿਲਿਆ ਸੀ। ਮੰਡੀਆਂ ਦੇ ਵਿੱਚ ਪ੍ਰਬੰਧਾਂ ਦਾ ਬਾਕੀ ਲਿਫਟਿੰਗ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਊਗੀ ਔਰ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੈਸੇ ਨੇ ਉਹ ਖਾਤੇ 'ਚ ਪੈਂਦੇ ਨੇ ਕਿਉਂਕਿ ਅਸੀਂ CCL ਕਹਿੰਦੇ ਆ ਜਿਹਨੂੰ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੈਂਟਰ ਤੋਂ ਆਉਂਦੀ ਹੈ ਕਿ ਜਿਹੜੀ ਜਿਹੜਾ ਝੋਨਾ ਜਾਂ ਕਣਕ ਉਹ ਖਰੀਦਦੇ ਨੇ ਉਹਦੇ ਪੈਸੇ ਦਿੰਦੇ ਨੇ। ਅਸੀਂ ਕਹਿੰਦੇ ਜੀ ਪਹਿਲਾਂ ਪੈਸੇ ਦਿਓ, ਜਦੋਂ ਜਦੋਂ ਤੁਸੀਂ ਨਾ ਆਪਣਾ ਲਿਫਟਿੰਗ ਕਰੀ ਜਾਓਗੇ ਅਸੀਂ ਨਾਲ ਦੀ ਨਾਲ ਉਹ ਪੈਸੇ ਜਿਹੜੇ ਨੇ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ ਤਾਂ ਕਿ ਉੱਤਮ ਖੇਤੀ, ਮੱਧਮ ਵਪਾਰ, ਨਿਖਿਧ ਚਾਕਰੀ ਜਿਹੜਾ ਇਹ ਵੀ ਜਿਹੜਾ ਬਾਣੀ 'ਚ ਲਿਖਿਆ ਹੈ ਉਹਦਾ ਵੀ ਆਪਾਂ ਥੋੜ੍ਹਾ ਬਹੁਤ ਜਿਹੜਾ ਉਹਦੇ ਅਮਲ ਕਰਦੇ ਨਜ਼ਰ ਆਈਏ। ਮੈਨੂੰ ਉਮੀਦ ਹੈ ਕਿ ਭਵਿੱਖ ਦੇ ਵਿੱਚ ਆਪਾਂ ਧਰਤੀ ਦਾ ਪਾਣੀ ਵੀ ਬਚਾਵਾਂਗੇ, ਆਪਣਾ ਬਿਜਲੀ ਵੀ ਬਚਾਵਾਂਗੇ, ਨਾਲ ਨਾਲ ਵਾਤਾਵਰਨ ਵੀ ਬਚੂਗਾ ਕਿਉਂਕਿ ਪੂਸਾ 44 ਦੀ ਪਰਾਲੀ ਵੀ ਜ਼ਿਆਦਾ ਹੈ, ਉਹਦਾ ਕੱਦ ਜਿਹੜਾ ਉਹ ਲੰਬਾ ਹੁੰਦਾ ਉਚਾਈ 'ਚ ਅਤੇ PR 126 ਜਿਹੜੀ ਹੈ ਉਹ ਘੱਟ ਹੈ ਉਚਾਈ 'ਚ। ਸੋ ਕਈ ਫਾਇਦੇ ਹੋਏ ਨੇ ਔਰ ਅੰਗਰੇਜ਼ੀ ਦੇ ਵੱਡੇ ਵੱਡੇ ਅਖਬਾਰਾਂ ਨੇ ਦੇਸ਼ ਦਿਆਂ ਨੇ ਫਰੰਟ ਪੇਜ 'ਤੇ ਇਹਨੂੰ ਜਗ੍ਹਾ ਦਿੱਤੀ ਹੈ ਕਿ ਇਹ ਫੈਸਲਾ ਜਿਹੜਾ ਬਹੁਤ ਲਾਹੇਵੰਦ ਰਿਹਾ ਪੰਜਾਬ ਲਈ। ਸੋ ਇੱਕ ਵਾਰੀ ਫਿਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਆਪਾਂ ਸਮੱਸਿਆਵਾਂ ਦੇ ਹੱਲ ਵੀ ਕਰਦੇ ਰਹਾਂਗੇ। ਕੱਸੀਆਂ, ਨਹਿਰਾਂ ਬੰਦ ਪਈਆਂ, ਜਿਹੜੀਆਂ ਰਜਵਾਹੇ ਸੂਏ ਉਹਨਾਂ ਨੂੰ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਨਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਰ ਤੱਕ ਪਹੁੰਚੇ, ਪੰਜਾਬ ਨੂੰ ਫਿਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਵਕਤ ਤਤਪਰ ਹਾਂ, ਦਿਨ ਰਾਤ ਤੁਹਾਡੇ ਨਾਲ ਖੜ੍ਹਾਂਗੇ ਔਰ ਮਿਲਦੇ ਗਿਲਦੇ ਵੀ ਰਹਾਂਗੇ ਤਾਂ ਕਿ ਜਿਹੜਾ ਕੋਈ ਛੋਟੀ ਮੋਟੀ ਵੀ ਸਮੱਸਿਆ ਹੋਵੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਜਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੀ ਛੋਟੀ ਜਿਹੀ ਬੇਨਤੀ ਨੂੰ ਸਵੀਕਾਰ ਕੀਤਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਤੇ ਕਿਸਾਨ ਮਿਲਣੀ ਜਾਂ ਕੋਈ ਇਸ ਤਰ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾ ਕੇ ਹੋਰ ਕਿਹੜੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਨੇ, ਕਦੋਂ ਕਿਹੜੀ ਫਸਲ ਨੂੰ ਆਪਾਂ ਬਦਲਵੀਂ ਫਸਲ ਦੇ ਤੌਰ 'ਤੇ ਲੈ ਸਕਦੇ ਹਾਂ ਤਾਂ ਕਿ ਝੋਨੇ ਤੋਂ ਆਪਣਾ ਖਹਿੜਾ ਛੁੱਟੇ, ਤਾਂ ਕਿ ਧਰਤੀ ਦਾ ਜਿਹੜਾ ਉਪਜਾਊਪਣ ਹੈ ਉਹ ਵੀ ਬਚਿਆ ਰਹੇ ਔਰ ਜਿਹੜਾ ਨਹਿਰੀ ਪਾਣੀ ਹੈ ਉਹਦੇ 'ਚ ਮਿਨਰਲਸ ਹੁੰਦੇ ਨੇ, ਤੱਤ ਹੁੰਦੇ ਨੇ, ਉਹਦੇ ਨਾਲ ਫਸਲ ਜਿਹੜੀ ਹੈ ਉਹਦਾ ਝਾੜ ਵੱਧਦਾ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਹਨੇ ਜਿਹਨੇ ਵੀ ਹਿੱਸਾ ਪਾਇਆ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ।